ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਦੇ ਆ ਕਰੋ ਤੁਹਾਡੇ ਇਲਾਕੇ ਵਿੱਚ ਕਿਹੋ ਜਿਹਾ ਮੌਸਮ ਹੈ ਅੱਜ ਗੱਲ ਕਰਦੇ ਹਾਂ 16 ਜੂਨ ਦੇ ਮੌਸਮ ਦਾ ਹਾਲ ਅੱਜ ਦਾ ਦਿਨ ਕਿਹੋ ਜਿਹਾ ਰਹਿ ਸਕਦਾ ਹੈ ਤਕਰੀਬਨ ਉਸ ਬਾਰੇ ਗੱਲ ਕਰਦੇ ਹਾਂ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਬੱਦਲ ਬਣਿਆ ਹੋਇਆ ਹੈ ਖਾਸ ਕਰਕੇ ਜੰਮੂ ਕਸ਼ਮੀਰ ਨਾਲ ਲੱਗਦੇ ਇਲਾਕੇ ਤੇ ਕੁਝ ਕੁ ਮਾਝੇ ਦੇ ਇਲਾਕੇ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਜਾਂ ਇੱਧਰ ਜਲੰਧਰ ਦੇ ਇਲਾਕਿਆਂ ਦੇ ਵਿੱਚ ਕੁਝ ਕੁ ਸਵੇਰ ਵੇਲੇ ਬੱਦਲਵਾਈ ਬਣੀ ਹੋਈ ਹੈ ਤੇ ਇਹਨਾਂ ਥੋੜੇ ਬਹੁਤੇ ਇਲਾਕਿਆਂ ਵਿੱਚ ਹਲਕੀ ਤੋਂ ਲੈ ਕੇ ਦਰਮਿਆਨਾ ਵੀ ਪੈਣ ਦੀ ਸਵੇਰ ਵੇਲੇ ਸੰਭਾਵਨਾ ਹੈ ਪਰ ਜਿਵੇਂ ਹੀ ਦਿਨ ਅੱਗੇ ਵੱਲ ਨੂੰ ਵਧਦਾ ਜਾਵੇਗਾ ਤਾਂ ਇਹ ਮੀਂਹ ਦੀਆਂ ਕਾਰਵਾਈਆਂ ਘਟਦੀਆਂ ਜਾਣਗੀਆਂ ਤੇ ਮੌਸਮ ਥੋੜੇ ਜਿਹੇ ਖੇਤਰਾਂ ਵਿੱਚ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਜੇਕਰ ਮਾਲਵੇ ਦੇ ਕੁਝ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਵਾਲੇ ਪਾਸੇ ਤੋਂ ਬੱਦਲਾਂ ਦਾ ਨਿਰਮਾਣ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਤੂਫਾਨ ਦਾ ਥੋੜਾ ਬਹੁਤਾ ਅਸਰ ਤਾਂ ਜਰੂਰ ਹੋਵੇਗਾ ਵੱਡੇ ਪੱਧਰ ਤੇ ਨਹੀਂ ਥੋੜੇ ਜਿਹੇ ਪੱਧਰ ਤੇ ਹੋਵੇਗਾ ਉਸ ਨਾਲ ਕਈ ਇਲਾਕਿਆਂ ਵਿੱਚ ਜਿਵੇਂ ਕਿ ਮਠੰਡਾ ਮੁੱਖ ਸਰ ਸਾਹਿਬ ਬਰਨਾਲਾ ਏਰੀਆ ਮਾਨਸਾ ਸੰਗਰੂਰ ਇੱਧਰ ਹਲਕੇ ਫੁਲਕੇ ਬੱਦਲਬਾਝ ਬਣ ਸਕਦੀ ਹੈ ਤੇ ਥੋੜੀ ਬਹੁਤੀ ਕਾਰਵਾਈ ਹੋ ਸਕਦੀ ਹੈ ਵੱਡੇ ਪੱਧਰ ਤੇ ਮੀਂਹ ਤੋਂ ਇਨਕਾਰ ਹੀ ਕੀਤਾ ਜਾ ਸਕਦਾ ਹੈ ਇਹਨਾਂ ਇਲਾਕੇ ਵਿੱਚ ਮੌਸਮ ਸਾਫ਼ ਰਹਿਣ ਦੀ ਹੀ ਸੰਭਾਵਨਾ ਹੈ ਇਸੇ ਤਰ੍ਹਾਂ ਹੀ ਲੁਧਿਆਣਾ ਹੋ ਗਿਆ ਖੰਨਾ ਪਟਿਆਲਾ ਏਰੀਆ ਇੱਧਰ ਵੀ ਥੋੜੇ ਬਹੁਤ ਖੇਤਰਾ ਵਿੱਚ ਬੱਦਲਬਾਝ ਜ਼ਰੂਰ ਬਣ ਸਕਦੀ ਹੈ ਪਰ ਅੱਜ ਤਕਰੀਬਨ ਪੰਜਾਬ ਵਿੱਚ ਮੀਂਹ ਦਾ ਦੌਰ ਸਭ ਤੋਂ ਘੱਟ ਰਹੇਗਾ ਹਮ ਬੱਦਲਵਾਈਆਂ ਲਗਾਤਾਰ ਬਣਦੀਆਂ ਰਹਿਣਗੀਆਂ ਪਰ ਮੀਂਹ ਦਾ ਦੌਰ ਤਕਰੀਬਨ ਪੰਜਾਬ ਵਿੱਚ ਅੱਜ ਨਹੀਂ ਹੋਵੇਗਾ ਕਿਉਂਕਿ ਜਿਹੜਾ ਉਹ ਤੂਫਾਨ ਆ ਰਿਹਾ ਹੈ ਉਸ ਦਾ ਅਸਰ 17 ਜਾਂ 18 ਤਰੀਕ ਨੂੰ ਹੋਣ ਦੀ ਵੱਧ ਸੰਭਾਵਨਾ ਹੈ ਕਿਉਂਕਿ ਸਿੱਧੇ ਤੌਰ ਤੇ ਤਾਂ ਨਹੀਂ ਪ੍ਰਭਾਵ ਪਵੇਗਾ ਪਰ ਜਿਹੜੀਆਂ ਨਮੀ ਵਾਲੀਆਂ ਹਵਾਵਾਂ ਪੰਜਾਬ ਵਿੱਚ ਆਉਣਗੀਆਂ ਥੋੜੇ ਬਹੁਤ ਇਲਾਕਿਆਂ ਵਿੱਚ ਹਲਚਲ ਹੋ ਸਕਦੀ ਹੈ ਤੇ ਅੱਜ ਦਾ ਮੌਸਮ ਤਕਰੀਬਨ ਥੋੜੇ ਜਿਹੇ ਸਵੇਰ ਵੇਲੇ ਮੀਂਹ ਹੋ ਸਕਦਾ ਹੈ ਬਾਅਦ ਵਿੱਚ ਮੌਸਮ ਤਕਰੀਬਨ ਸਾਰੇ ਹੀ ਪੰਜਾਬ ਵਿੱਚ ਸਾਫ਼ ਹੀ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ